ਸਤਿ ਸ਼੍ਰੀ ਅਕਾਲ ਜੀ। ਆ ਗਏ ਭਾਈ ਮੰਡ ਵਾਲੇ ਖੇਤਾਂ 'ਚ। ਕੱਲ੍ਹ ਤਾਂ ਆਏ ਵੇ, ਵੈਸੇ ਕੱਲ੍ਹ ਦੀਆਂ ਮੋਟਰਾਂ 'ਚ ਆਈ ਆ ਬੇਟਾ। ਕੱਲ੍ਹ ਥੋੜ੍ਹਾ ਜਿਹਾ ਲਾਈਟ ਚੱਲੀ, ਅੱਜ ਥੋੜ੍ਹਾ ਜਿਹਾ ਚੱਲੀ ਆ। ਰਾਤ ਦੀ ਵਾਰੀ ਹੋ ਗਈ ਹੁਣ, ਰਾਤ 9 ਵਜੇ ਚੱਲਣੀ ਆ ਇਹ ਮੋਟਰਾਂ। ਖੇਡੀਆਂ ਪਹਿਲਾਂ 2 ਕਾਗਜ਼ ਆ ਲਾ ਦੀਆਂ, ਮਖਾ ਦਿੰਦੇ ਨੇ ਯਾਰ ਇੱਧਰ। ਫਿਰ ਡਰੇਨ ਵਿੱਚ ਹੋ ਜਾਂਦਾ ਪਾਣੀ, ਅੱਜ ਕੱਲ੍ਹ ਡਰੇਨ ਆ ਨਾ ਜਿਹੜੀ, ਆਹ ਨੀਵਾਂ ਪਾਣੀ 'ਚ ਹੋ ਜਾਂਦਾ। ਥੱਲੇ ਆਪਾਂ ਘੁੰਮ ਵੀ ਨਹੀਂ ਹੁੰਦਾ ਹੈਗਾ, ਥੋੜ੍ਹਾ ਕਸੂਸਰਾ ਜਿਹਾ ਬਹੁਤ ਹੈ। ਬਸ ਪੂਰਾ ਹੋ ਗਿਆ ਨਾਨਾ, ਪਕਾ ਕੇ ਬਚਿਆ ਲੈ ਰੱਖਾ ਡੋਲੇ ਲਿਆ। ਜਲੇ ਕਾਹਦੇ ਥੋੜ੍ਹੇ ਪੱਥਰ ਹੈ ਨਾ, ਪੱਥਰ ਬਣਾ ਵੱਧਦਾ ਪੈਰ ਪਰ ਤਿਲ ਕੇ ਜੱਪਾ ਤੇ ਗਿਰਦਾ ਕਾਂਚਾ ਤੇ ਫਾਲਿਆਂ ਨੇ ਡੂੰਘਾ ਵੀ ਵਾਪਸ ਪੱਟਿਆ ਸੀ ਵੀਰ, ਫਾਲਿਆਂ ਨੇ ਡੂੰਘਾ ਵਾਪਸ ਪੱਟਿਆ ਹੈ। ਹੈ ਥੱਲੇ ਤੇ ਧੀਮਾ ਪੱਟੀਆਂ ਪਈਆਂ ਆ, ਲਿਫਾਫਾ ਬਾਈ ਲੱਗੇ ਪਏ ਲਾਉਣ, ਪਿਛਲੇ ਸਾਲ ਵੀ ਲਾਉਂਦੇ, ਹਰੇਕ ਸਾਲ ਹੀ ਲਾਉਂਦੇ ਲਿਫਾਫਾ ਦਾ ਆਪਾਂ। ਤੇ ਪਾਣੀ ਦੀ ਬਾਈ ਮੰਨ ਕੇ ਚੱਲੋ ਵੀ ਸੇਵਿੰਗ ਹੈ ਇਹਦੇ 'ਚ ਵੀ, ਪਾਣੀ ਪਤਾ ਨਹੀਂ ਲੱਗਦਾ ਨਾ, ਖੱਡ ਦਾ ਪਤਾ ਲੱਗਦਾ ਪਤਾ ਨਹੀਂ ਲੱਗਦਾ। ਡਰੇਨ ਵਿੱਚ ਚੱਲਦਾ ਦਿਖਦਾ, ਖਾਲੀ ਵਿੱਚ ਚੱਲਦਾ ਦਿਖ ਜਾਂਦਾ ਵੀ ਚੱਲਦਾ ਪਾਣੀ, ਲੀਕ ਹੁੰਦਾ ਜਿੰਨਾ ਮਰਜ਼ੀ ਟੋੜ ਲਾ, ਲਿਫਾਫੇ ਤੇ ਸੁੱਕੀ ਰਹਿਣਾ ਇਹਨੇ, ਫਿਰ ਪਾਣੀ ਨਹੀਂ ਜਾਂਦਾ ਹੈਗਾ ਉੱਧਰ। ਲਿਫਾਫਾ ਵੀ ਚਿੱਬ ਕੱਢ ਮੈਂ ਲਾਤਾ, ਐਨ ਚੌੜੀ ਲਾਤਾ ਪੂਰਾ, ਲੱਗਣਾ ਹੀ ਚੌੜਾ ਉਹਦੇ। ਨਹੀਂ ਇੱਕ ਛੋਟਾ ਲਾਉਂਦੇ ਹੁੰਦੇ ਆਪਾਂ, ਛੋਟਾ ਲਾਤਾ ਛੋਟੀ ਬੱਟ ਪਰ ਆਹ ਢਾ ਲੈਂਦੇ ਹੁੰਦੇ ਸੀ ਅੱਗੇ ਬੱਟ ਪਾਉਣ, ਬੜਾ ਹੀ ਲਾਤਾ ਜੀ ਕਿਤੇ ਨਹੀਂ, ਫਾਇਦਾ ਵੀ ਬਹੁਤ ਹੈ। ਜਾਣਾ ਸਿੱਖ ਥੱਲੇ ਇਹਨੇ ਲਿਫਾਫਾ ਪਾੜ ਦੇਣਾ, ਇਹ ਵੀ ਦੇਖਣਾ ਪੈਂਦਾ ਇਹ ਨੋਟ ਕਰਕੇ। ਬਾਕੀ ਲਾਈਟ ਬਾਈ ਆਈ ਹੋਈ ਤੀ, ਭੱਜ ਗਈ ਉਹ, 2 ਕਿਆਰਿਆਂ 'ਚ ਪਾਣੀ ਘੁੰਮ ਗਿਆ, ਪਰ ਉਹਨਾਂ ਦਾ ਕੱਦੂ ਕਰਦਾ ਹੁਣ ਅੱਜ ਰਾਤ ਨੂੰ ਆਪਾਂ ਨੇ 9 ਵਜੇ ਲਾਈਟ ਆਉਣੀ ਰਾਤ ਨੂੰ, ਅੱਜ ਦੇਣਾ ਕੰਮ 9 ਵਜੇ ਦੇ ਫਿਰ ਕੱਦੂ ਕਰਨਾ ਆਪਾਂ ਨੇ ਅੱਜ ਰਾਤ ਰਾਤ। ਬਾਕੀ ਕਈ ਬਾਈ ਕਹਿੰਦੇ 28 ਤਰੀਕ ਕਹਿੰਦੇ ਤੇ 28 ਨੂੰ ਲਾਉਣੀ ਆ, ਝੂਠ ਬੋਲਦੇ ਆ ਬਾਈ, 28 ਆ ਜਾਣੀ ਸਾਨੂੰ ਲਾਉਂਦਿਆਂ ਨੂੰ, 28 ਆ ਜਾਣੀ ਜਿੱਦੂ ਭਈ ਜਾਣੇ ਇਹਨਾਂ ਨੂੰ, ਇਹ ਕਿਤੇ ਕੋਲ ਉਹ ਖੋਣੇ ਆ ਬਾਈ, 4-5 ਦਿਨ ਕੱਦੂ ਪਿਆ ਰਹਿੰਦਾ। ਦੇਖਤਾ ਇੱਧਰ ਕਿਤੇ ਖੋਣ, ਦੇਖਤਾ ਕਿੱਕਣਾ ਕਹੇ ਜੀ ਮਿੱਟੀ ਆ ਇਹ, ਖੁਰਦੀ ਇਹ ਨਾ ਟੁੱਟਦੀ ਆ, ਇਹ ਨਾ ਟੁੱਟਦੀ ਆ, ਫੁੱਟੇ ਦੇ ਜ਼ੋਰ ਨਾਲ ਮਾਰਦੇ ਜਿਹੜਾ ਮਸੀ ਫੁੱਟਦਾ ਦੇਖ। ਇਹ ਢੀਮਾ, ਇਹ ਢੀਮਾ ਕਿਤੇ ਛੇਤੀ ਉਹ ਥੋੜ੍ਹਾ ਖੁਰਨੀ ਆ, ਇਹ ਡਾਕਰ ਆ ਮਿੱਟੀ, ਇਹ ਕਿਤੇ ਛੇਤੀ ਉਹ ਖੁਰਜਣੀ ਆ, ਇਹ ਪਣਾ ਹੈ। 4-5 ਦਿਨ ਕੱਦੂ ਪਿਆ ਰਹਿਣਾ ਬਾਈ, ਇਹ 4-5 ਦਿਨ ਮੈਂ ਕੱਦੂ ਬਣਨਾ ਇਹ, ਤਾਂ ਜਾ ਕੇ ਖੜਨੀ ਆ ਫਿਰ ਉਹਦੇ 26-27 ਤਰੀਕ ਨੂੰ ਜੀਰੀ ਲੱਗਣੀ ਆ। ਹਾਂ ਸਾਨੂੰ 5-6 ਦਿਨ ਪਹਿਲਾਂ ਕੱਦੂ ਕਰਨਾ ਪੈਂਦਾ, ਪਨੀਰੀ ਤਿਆਰ ਹੋ ਗਈ ਤਾਂ ਛੱਡਤਾ ਪਾਣੀ, ਹਾਂ ਨਹੀਂ ਤਾਂ ਸਾਨੂੰ ਛੱਡਣਾ ਹੀ, ਸਾਡੇ ਪਨੀਰੀ ਸਾਡੀ ਤਿਆਰ ਹੈ, ਪਨੀਰੀ ਸਾਡੀ ਤਿਆਰ ਹੋ ਗਈ ਹੈ, ਹਾਂ ਲੱਗੀ ਉਹੀ 25-26 ਦਿਨ ਦੀ ਉਹ ਹੈ। ਬਾਕੀ ਅੱਜ ਬਾਈ ਆਪਣਾ ਮਿਲਣ ਆਏ ਤੇ ਜੀ, ਅੱਜਕੱਲ੍ਹ ਬਾਈ ਭੁਪਿੰਦਰ ਸਿੰਘ ਜੀ ਆਪਣੇ ਦਿੱਲੀ ਤੋਂ ਆ, ਉਹ ਉਹਨਾਂ ਨੇ ਜਾਂਦਿਆਂ ਨੇ ਬਾਈ ਦੇਖ ਲਿਆ ਪਿੰਡ ਨੂੰ ਵੀ ਕਿਹੜਾ, ਦੇਖ ਕੇ ਫੈਮਿਲੀ ਵੀ ਸੀ ਨਾਲ ਉਹਨਾਂ ਦੀ, ਮਿਲ ਕੇ ਗਏ ਆ ਉਹ, ਤੇ ਆਪਾਂ ਇਹਦਾ ਬਾਈ ਬਥੇਰਾ ਜ਼ੋਰ ਲਾਇਆ ਵੀ ਆਜੋ ਘਰ ਨੂੰ ਚੱਲੀਏ, ਯਾਰ ਗੱਡੀ ਮੈਨੂੰ ਮਿਲ ਗਿਆ ਵਾ ਮੋਟਰ ਪਰ ਤੇ ਆਇਆ ਤਾਂ, ਉਹ ਕਹਿੰਦੇ ਤੇ ਕਹਿੰਦੇ ਵੀ ਮਿਲਿਆ ਬਾਪੂ ਜਾਂਦਾ, ਉਹ ਵੀ ਦੇਖਦੇ ਹੋਣੇ ਆ ਸਾਡਾ ਹਾਲ ਵੀ, ਇਹ ਬੰਦੇ ਟੀਵੀ ਮੈਂ ਬਹੁਤ ਵਧੀਆ ਲੱਗਦੇ ਆ ਤੇ ਫੋਨ 'ਚ ਇਹਦਾ ਹਾਲ ਦੇਖ ਲਾ ਕਿਹੋ ਜਿਹਾ, ਟੀਵੀ ਮੈਂ ਤਾਂ ਜਮੀ ਮੈਲੇ ਕੱਪੜੇ ਵੀ ਵਧੀਆ ਹੁੰਦੇ ਆ ਸਾਡੇ, ਇਹੋ ਜਿਹੇ ਹੁੰਦੇ ਆ ਬਾਈ, ਅਸੀਂ ਅਸੀਂ ਵੀ ਦੇਖਦੇ ਵੀ ਦਾੜੀ ਬਾਉਣੀ ਆ ਕਿਆ ਕਰਨਾ ਹੈ ਕਿ ਬਾਈ, ਹੱਥ ਵੀ ਲਾ ਬਾਜੂ, ਉਹਦਾ ਕੈਸਾ ਬਾਜੂਗਾ ਛੋਟਾ, ਡਲਾ ਨਹੀਂ ਹੈਗਾ ਆਏ, ਪਰ ਮੈਂ ਦੇਖ ਲਈ ਗੱਡੀ, ਮੈਂ ਹੌਲੀ ਹੌਲੀ ਜਾਂਦੀ, ਮੈਂ ਚੱਲ ਕਿਸੇ ਦੇ ਤੇ ਆਏ ਹੋਣੇ ਆ, ਜੇ ਖੜ ਗਏ ਤਾਂ ਮੈਂ ਘਰ ਨੂੰ ਲਿਆਉਣੇ ਤੇ ਖੜੇ ਨਹੀਂ ਹੈਗੇ ਉਹ, ਮੈਂ ਤਾਂ ਬਹੁਤ ਜ਼ੋਰ ਲਾਇਆ ਮੈਂ, ਮੈਂ ਪਤਾ ਨਹੀਂ ਕੌਣ ਹੋਣੇ ਭਾਈ, ਇੱਕ ਸਾਨੂੰ ਵੀ ਨਹੀਂ ਪਤਾ ਲੱਗਦਾ, ਜੇ ਬੰਦਾ ਖੜ ਜਾਵੇ ਫਿਰ ਤਾਂ ਅਸੀਂ ਲਿਆਈਏ ਘਰ ਨੂੰ, ਹੁਣ ਇੱਕ ਸਾਨੂੰ ਵੀ ਪਤਾ ਨਹੀਂ ਕਿਤੇ ਕਿਹਦੇ ਰਿਸ਼ਤੇਦਾਰ ਜਾਂਦੇ ਆ, ਆਏ ਨਹੀਂ ਪਤਾ ਸਾਡੇ ਸਾਡੇ ਮੈਂਬਰ ਜਾਂਦੇ ਆ ਇਹ, ਫਿਰ ਤਾਂ ਮਾਸੜ ਵੀ ਮਿਲਾ ਦੇਣਾ, ਸਾਰੇ ਮਿਲਾ ਦੇਣੇ ਉੱਥੇ ਤਾਂ ਮਾਸੜ ਵੀ ਸਾਰੇ ਮਿਲਾ ਦੇਣੇ, ਤੁਸੀਂ ਫੈਮਿਲੀ ਦੀ ਉਹਨਾਂ ਦੀ ਉੱਥੇ, ਅੱਛਾ ਘਰ ਨੂੰ ਲੈ ਜਾਣੇ ਤੇ ਭਾਈ, ਫਿਰ ਘਰ ਘਰ ਕਹਿੰਦੇ ਦੂਰ ਤਾਂ ਕੋਲੇ ਘਰ ਤਾਂ,
ਮੈਂ ਤਾਂ ਬਹੁਤ ਜ਼ੋਰ ਲਾਇਆ ਮਾਈ ਘਰ ਨੂੰ ਚੱਲੋ ਚਾਹ ਪੀ ਕੇ ਚੱਲ ਜਿਓ ਕਹਿੰਦੇ ਨਹੀਂ ਕਹਿੰਦੇ ਸਾਨੂੰ ਥੋੜੀ ਜਿਹੀ ਖਾਲੀ ਆ ਫੇਰ ਮਾਰੂਗੇ ਜਿਹੜਾ ਮੈਂ ਕੋਈ ਨਹੀਂ ਠੰਡਾ ਵੀ ਬਹੁਤ ਜ਼ੋਰ ਨਾਲ ਪਿਲਾਇਆ ਮੈਂ ਉੱਥੇ ਕੋਲਡ ਡਰਿੰਕ ਉਹ ਵੀ ਨਹੀਂ ਤੇ ਮੰਨ ਦੇ ਕਹਿੰਦੇ ਨਹੀਂ ਪੀਣੀ ਨਹੀਂ ਮੈਂ ਪੀ ਕੇ ਤਾਂ ਜਾਓ ਕੁਛ ਨਾ ਕੁਛ ਤਾਂ ਛਕੋ ਬਾਕੀ ਅੰਕਲ ਬਾਈ ਕਮੈਂਟ ਵੀ ਕਰਦਾ ਉਹ ਭੁਪਿੰਦਰ ਸਿੰਘ ਦੇ ਨਾਂ ਪਰ ਜਦੇ ਕਹਿੰਦੇ ਮੈਂ ਕਮੈਂਟ ਵੀ ਕਰਦੇ ਤੁਸੀਂ ਹੈ ਨਾ ਮੈਂ ਠੀਕ ਹੈ ਜੀ ਬਾਕੀ ਬਾਈ ਪਿਆਰ ਆ ਬੰਦੇ ਦਾ ਰੀਲਾ ਹੈ ਕਿ ਨਹੀਂ ਉੱਥੇ ਦੇ 7 ਕਿਲੋਮੀਟਰ ਉਹਨੂੰ ਆਏ ਸਪੈਸ਼ਲ ਗੱਡੀ ਘਮਾਈ ਉਹਨਾਂ ਨੇ ਇੱਧਰ ਨੂੰ ਦੇਖ ਚੱਲੀਏ ਪਿੰਡ ਮਾਲਾ ਪਿੰਡ ਪਰ ਵੀ ਗੇੜਾ ਦੇ ਕੇ ਫਿਰ ਵੀ ਸਾਰੇ ਫਿਰ ਵੀ ਨਾਲੇ ਸਾਰੇ ਘਰ ਪਛਾਣ ਜਿਹੜੇ ਦਾ ਫਲਾਣੇ ਦਾ ਘਰ ਆ ਫਲਾਣੇ ਦਾ ਘਰ ਆ ਕਹਿੰਦੇ ਤੇ ਕਹਿੰਦੇ ਨੇ ਇਸ ਤਰ੍ਹਾਂ ਹੀ ਬੈਠੇ ਤੁਸੀਂ ਹਾਂ ਇਸ ਤਰ੍ਹਾਂ ਹੀ ਬੈਠੇ ਤੇ ਕਹਿੰਦੇ ਫਿਰ ਮੈਂ ਤੇਰਾ ਮੋਟਰਸਾਈਕਲ ਦੇਖ ਲਿਆ ਵੀ ਉੱਥੇ ਗਿਆ ਹੋਣਾ ਦੁੱਲੇ ਨਾਲ ਕੋਲ ਮਾਂ ਮੈਂ ਤਾਂ ਇੱਥੇ ਹੁੰਦਾ ਜੀ ਸਾਡੇ ਕੋਲੇ ਬਾਈ ਗਰਮੀ ਬਹੁਤ ਹੋਈ ਹੋਈ ਆ ਮੌਸਮ ਚੱਕਰਾ ਹੋ ਗਾਇ ਬੈਠ ਗਿਆ ਬਾਈ ਤੇ ਵੜਦੇ ਥੋੜਾ ਜਿਹਾ ਇਹਨੂੰ ਵਸੂ ਦੇ ਦੂਗੇ ਅਸੀਂ ਮੌਸਮ ਹੋ ਰਿਹਾ ਗੜਬੜ ਮੀਂਹ ਵੀ ਪੈ ਸਕਦਾ ਬਾਰਿਸ਼ ਬੱਦਲਬਾਈ ਹੋਈ ਹੋਈ ਆ ਗਰਮੀ ਬਹੁਤ ਹੀ ਜ਼ਿਆਦਾ ਹੋਈ ਹੋਈ ਆ ਬਾਕੀ ਦੇਖਦੇ ਆ ਹੁਣ ਬਾਕੀ ਆਪਣੇ ਦਾ ਬਾਈ ਸ਼ੁਰੂ ਹੋ ਗਿਆ ਕੰਮ ਹੁਣ ਜੀਰੀ ਦਾ ਲੱਗ ਗਏ ਲਾਉਣ ਹੁਣ ਧਾਨਾ ਧਾਨਾ ਬਾਈ ਸਾਡੀ ਇੱਕ ਮੂਰੀ ਉੱਪਰ ਇੱਕ ਥੱਲੇ ਖੇਤ ਉੱਥੇ ਰੇਤੇ ਇੱਥੇ ਲਾਉਣੀਆਂ ਵੱਟਾਂ ਨੂੰ ਉਹ ਦੇਖੀ ਕਿੰਨੀ ਖੇਤੀ ਲੱਗਣੀ ਆ ਇਹਦਾ ਲੂਰ ਆ ਇੱਥੇ ਦਾ 6 ਕੁਇੰਟਲ ਮਿੱਟੀ ਦਾ ਡਲਿਆਂ ਨਾਲ ਉੱਪਰ ਰੱਖਤੀ ਅਸੀਂ ਵੱਟ ਦੇ ਲਿਫਾਫਾ ਪਾੜ ਦੇਣਾ ਮੈਂ ਮਰਸੂਏ ਕਿੰਨੀ ਦਾ ਹੱਸ ਵੀਰ ਜਿੰਨਾ ਮਰਸੂਏ ਲਿਫਾਫਾ ਲੱਗਿਆ ਪਿਆ ਉੱਪਰ ਖੇਤਾਂ ਚ ਸਾਰਾ ਹੀ ਕੱਲ ਦੀ ਹਵਾ ਉੱਡਦਾ ਫਿਰਦਾ ਤਾ ਸਭ ਪਾੜਤੇ ਹੋਣੇ ਅੱਧੇ ਪਾੜਤੇ ਹੋਣੇ ਆ ਇਹ ਇੱਕਣਾ ਦੱਬਿਆ ਵਾ ਹੋਵੇ ਫਿਰ ਨੀ ਉੱਡਦਾ ਹੈਗਾ ਇੱਕਣਾ ਸੈੱਟ ਆ ਜਾਣਾ ਇਹਨੇ ਕੋਈ ਮਰਜ਼ੀ ਆਈ ਚੱਲ ਹਰੀ ਖਾਦ ਕਣਕ ਵੱਢ ਕੇ ਬੀਜੀ ਸੀ ਇਹਨਾਂ ਨੇ ਇੱਕ ਵਾਰੀ ਤਾਂ ਸੁੰਡੀ ਨੇ ਖਾ ਲਿਆ ਇਹਨਾਂ ਨੇ ਸਪਰੇਅ ਕਰਤੀ ਸਪਰੇਅ ਕਰਕੇ ਨਾ ਹੁਣ ਬਹੁਤ ਵਧੀਆ ਰੇਹ ਬਣਨਾ ਇਹਦੀ ਹਰੀ ਖਾਦ ਹਾਂ ਸਵੇਰ ਬਹੁਤ ਵਧੀਆ ਹਰੀ ਖਾਦ ਬਣਨੀ ਨਾ ਦੇਖੀ ਤੂੰ ਪਾਣੀ ਕਿਹਾ ਕਾਲਾ ਹੋ ਜਾਣਾ ਜਤਾਨ ਲੱਗਣੇ ਆ ਪਰ ਇੱਕ ਗੱਲ ਆ ਜੇ ਮੀਂਹ ਪ੍ਰਸਾਦ ਲੱਗ ਗਈ ਫਿਰ ਬਾਉਣਾ ਵੀ ਬਹੁਤ ਔਖਾ ਇਹ ਕਾਬੂ ਕਰਨਾ ਬੜਾ ਔਖਾ ਇਹ ਰੂਟਾਵੀਟਰ ਨਾਲ ਆਹੋ ਵਿੱਚ ਮਾਰ ਦੇਣਾ ਦੂਰਾ ਵਿੱਚ ਬਹਿ ਗਿਆ ਰੂਟਾਵੀਟਰ ਨਾਲ ਕਿਆ ਲੱਭਣਾ ਔਰ ਕੁਛ ਵੀ ਨੀ ਬਾਕੀ ਮਿੱਟੀ ਲਿਆ ਸਵਾਰ ਕੇ ਜ਼ੋਰ ਨਾਲ ਉੱਪਰ ਇੱਧਰ ਖਿੱਚ ਦੂਰ ਤੇ ਯਾਰ ਬਾਕੀ ਬਾਈ ਕੈਂਪਰ ਨੇ ਬੜਾ ਮੁੱਲ ਮੋੜਤਾ ਸਾਡਾ ਉਹ ਦੇਖੋ ਇਹਨੇ ਬਚਾ ਲਏ ਇਹਨੇ ਬਚਾ ਲਏ ਨਹੀਂ ਜੀ ਬਤਾ ਦੂੰ ਲੱਗ ਜਾਂਦੀ ਆਉਂਦੇ ਦੀ ਲੱਗ ਗਈ ਪਹਿਲਾਂ ਦੇਖੇ ਅਸੀਂ ਗਰਮੀ ਬਹੁਤ ਹੈ ਠੰਡਾ ਪਾਣੀ ਪਿਆ ਐਨ ਅੱਧਾ ਕਿਹੜਾ ਕਰਤਾ ਹੋਣਾ ਸੀ ਮੈਂ ਕਹਿੰਦਾ ਤਾਂ 5 ਲੀਟਰ ਦਾ ਤਾਂ ਹੋਣਾ ਅੱਧਾ ਹੋ ਗਿਆ ਹੁਣ ਆਇਲ ਵੀ ਕਿੰਨਾ ਘੰਟਾ ਹੀ ਹੋਇਆ ਹੋ ਘੰਟਾ ਕੇ ਹੋਇਆ ਇਹਨੂੰ ਇੱਕ ਘੰਟੇ ਬਾਅਦ 2.5 ਲੀਟਰ ਪਾਣੀ ਪੀ ਗਏ 2.5 ਲੀਟਰ ਪੀ ਗਏ ਲੀਟਰ ਕਿਉਂ ਨਿਕਲ ਵੀ ਗਿਆ ਗਰਮੀ ਦਾ ਵੀ ਇੰਨਾ ਨਿਕਲ ਗਿਆ ਤੇਰਾ ਹਾਂ ਹਾਂ ਦੇਖਦਾ ਕਿਹੜੇ ਹਿਸਾਬ ਨਾਲ ਚਾਉਂਦੀ ਹੈ ਝੱਗਾ ਨਚੋੜ ਕੇ ਦੇਖ ਲਾ ਗਲਾਸ ਭਰ ਜਿਹੜਾ ਪਾਣੀ ਦਾ ਮਾਰਦਾ ਗੱਲਾਂ ਹਾਂ ਜਿਹੜਾ ਕੰਮ ਕਰਿਆ ਗਰਮੀ ਖੜੀ ਉਹਨੂੰ ਆਉ ਉਹ ਜਿਹਦੇ ਕੰਮ ਕਰਿਆ ਗਰਮੀ ਉਹਨੂੰ ਆਉਣੀ ਹੈ ਲਿਫਾਫਾ ਵਿਛਾਇਆ ਇਹਨੇ ਰੋੜੇ ਰੱਖੇ ਹੁਣ ਮਿੱਟੀ ਲੱਗਾ ਵਾ ਲਾਉਣ ਤੂੰ ਸੁਣਾ ਮੈਂ ਬੋਲੋ ਤੂੰ ਸੁਣਾ ਕੱਦੂ ਦੀ ਡੇਲੀ ਚੱਲਣੀ ਆ ਨਾ ਲੱਗ ਜਾਣਾ ਉਹਨੇ
ਕਹੀਂ ਵੀ ਨਹੀਂ ਚੱਲਦੀ ਸਾਰੀ ਗੰਨ ਤੋੜਦੀ ਆ ਕਹੀਂ ਗਲੇ 'ਚ ਯਾਰ। ਚੱਲ ਹੁਣ ਇੱਕ ਵਾਰ ਬਾਈ ਖੇਚਲਾ ਖੱਟ ਲਈ ਬਸ, ਹੁਣ ਨਹੀਂ ਲੋੜ ਹੈਗੀ ਲੋੜ ਨਹੀਂ ਹੈਗੀ ਫਿਰ ਨਾ ਸਪਰੇਅ ਦੀ ਲੋੜ ਹੈ, ਸਪਰੇਅ ਵੀ ਬਚਦੀ ਆ ਕੱਖ ਨਹੀਂ ਹੁਣ ਉੱਥੇ ਤੱਕ ਕੱਖ ਨਹੀਂ ਹੋਣਾ ਸਹੀ ਇਹਨੇ ਬਣਾਤਾ ਸਾਫ਼ ਆ ਬਸ ਫਾਇਦੇ ਬਹੁਤ ਆ ਇਹਦੇ ਕੱਲ ਆਹੀ ਕੰਮ ਇਹ ਲਾਉਣਾ ਵੀ ਔਖਾ ਨਹੀਂ ਡਾਕਰ ਮੈਂ ਔਖਾ ਲਾਉਣਾ ਛੋਟੀ ਜਿਹੜੀ ਛੋਟੀ ਜ਼ਮੀਨ ਆਪਣੀ ਉਹਮਾ ਲਾਉਣਾ ਔਖਾ ਨਹੀਂ ਹੈਗਾ ਅਹਿਮਾ ਬਹੁਤ ਔਖਾ ਹੈ ਇਹਦਾ ਬਾਈ ਇਹ ਟਰੈਕਟਰ ਨੇ ਡੂੰਘੀ ਕਰੀ ਵੀ ਬਹੁਤ ਨਹੀਂ ਪਰਤਾ ਲੂਰ ਹੋ ਗਿਆ ਉਰੇ ਫਾਲਿਆਂ ਨੇ ਬਹੁਤ ਡੂੰਘਾ ਪੱਟਿਆ ਵਾ ਬੜੇ ਸਾਰੇ ਚੀਜ਼ ਦਾ ਫਰਕ ਤਾਂ ਹੈ ਹੋਏ ਯਾਰ ਚੱਲ ਹੁਣ ਮੈਸੀ ਵੀ ਵਾਹੁੰਦਾ ਹੀ ਤਾਂ ਆਪਣਾ ਉਹਨੇ ਵੀ ਬਥੇਰੀ ਬਾਹੀ ਕਰੀ ਆ ਪਰ ਬੜੀ ਮਸ਼ੀਨਰੀ ਦਾ ਆਇਆ ਵੀ ਸਾਡਾ ਫਰਕ ਨਹੀਂ ਹੈਗਾ ਇੰਜਣ ਇੰਜਣ ਤੇਲ ਤਾਂ ਜ਼ਰੂਰ ਪੀਂਦੇ ਆ ਇਹ ਫਰਕ ਨਹੀਂ ਅੱਜ ਉਹ ਲੰਬੇ ਜਿਹੇ ਢਾਈ ਵਾਟ ਹੋਈ ਜਾਂਦੀ ਤੇਲ ਲੈ ਰੂਟਾਵੀਟਰ ਦੀਆਂ ਦੋ ਬਿੱਗੇ ਜਗ੍ਹਾ ਜਿਹਾ ਲੰਬਾ ਲੰਬਾ ਜਿਹਾ ਨਹੀਂ ਹੈਗਾ ਚੱਲੀਆਂ ਢਾਈ ਕੁ ਫੱਟ ਹੋਈਆਂ ਉਹਦੀਆਂ ਢਾਈ ਹੋਈਆਂ ਢਾਈ ਵੀ ਨਹੀਂ ਹੋਈਆਂ ਪੂਰੀਆਂ ਢਾਈ ਤਿੰਨ ਨੌ ਅਠਾਰਾਂ ਪੰਜ ਪੰਜ ਛੇ ਸੱਤ ਅੱਠ ਵਾਟਾਂ ਹੋਈਆਂ ਸਾਰੇ ਖੇਤ ਦੀਆਂ ਵੀਆਂ ਚਾਰ ਵਾਰੀ ਗਿਆ ਚਾਰ ਵਾਰੀ ਆਇਆ ਸਮਝ ਲਾ ਡੇਢ ਕਿੱਲੇ 'ਚ ਚਾਰ ਵਾਰੀ ਚਲੇ ਗਿਆ ਚਾਰ ਵਾਰੀ ਮੁੜਿਆ ਬਸ ਬਸ ਡੇਢ ਪੂਰਾ ਫਰਕ ਤਾਂ ਹੈ ਬੜੀ ਚੀਜ਼ ਦਾ ਜ਼ਰੂਰ ਕੰਮ ਦਾ ਨਵੇੜਾ ਵੀ ਆ ਤੇਲ ਦਾ ਵੀ ਨਵੇੜਾ ਫਿਰ ਤੇਲ ਦਾ ਤਾਂ ਇਹੋ ਹੈ ਜੇ ਕੰਮ ਲੈਣਾ ਬਾਈ ਤੇਲ ਤਾਂ ਮਸ਼ੀਨਰੀ ਨੇ ਪੀਣਾ ਹੀ ਪੀਣਾ ਹੈ ਕਿ ਨਹੀਂ ਇਹਨੂੰ ਖਾਊਂਗਾ ਤਾਂ ਹੀ ਕੋ ਕੰਮ ਹੋਣਾ ਭਾਈ ਜੇ ਖਾਊਗਾ ਹੀ ਉਹ ਕੁਛ ਕੰਮ ਸਵਾਹ ਹੋਣਾ ਜੈਵਰੇਜਾਂ ਦੇਖਣ ਲੱਗ ਗਏ ਫਿਰ ਤਾਂ ਕੰਮ ਹੋਲੇ ਹੁਣ ਆਹ ਮੈਂ ਵਾਹ ਕੇ ਗਿਆ ਉੱਧਰ ਨੂੰ ਮੈਂ ਕਹਿੰਦਾ ਟੀਏ ਮੀਡੀਅਮ 'ਚ ਵਾਹਿਆ ਇਹ ਖੇਤ ਟਰੈਕਟਰ ਨਾਲ ਵੀ ਆਹ ਗਿਆਰਾਂ ਗਿਆਰਾਂ ਦੇ ਫਾਲਿਆਂ ਨਾਲ ਵਾਹਿਆ ਮੈਂ ਲਾਇਆ ਨੌ ਵਜੇ ਠੀਕ ਆ ਸਾਢੇ ਬਾਰਾਂ ਵਜੇ ਮੈਂ ਵਾਹ ਕੇ ਹਟ ਗਿਆ ਤੂੰ ਸਵਾ ਚਾਰ ਕੀਲਿਆਂ ਦਾ ਇਹਨਾਂ ਦਾ ਸਤਾਈ ਲੀਟਰ ਤੇਲ ਵੀ ਤਾਂ ਟਰੈਕਟਰ ਨੇ ਮੰਨ ਕੇ ਚੱਲ ਅੱਠ ਕਿੱਲੇ ਹੋ ਗਏ ਹਾਂ ਅੱਠ ਕਿੱਲੇ ਅੱਠ ਤੋਂ ਜ਼ਿਆਦਾ ਹੋ ਗਏ ਸਾਢੇ ਅੱਠ ਕਿੱਲੇ ਸਾਢੇ ਅੱਠ ਹੋ ਗਏ ਪਾੜ ਬਈ ਸਾਢੇ ਅੱਠ ਕਿੱਲੇ ਸਾਢੇ ਅੱਠ ਸਤਾਈ ਲੀਟਰ ਤੇਲ ਪੀ ਲਿਆ ਟਰੈਕਟਰ ਨੇ ਪਹਿਲਾਂ ਕਾਗ ਹੀ ਨਿਕਲਦਾ ਥੱਲੇ ਦੇ ਉੱਪਰ ਤਾਂ ਜਲ ਜੁੜ ਗਿਆ ਇਹ ਤੇਰਾ ਬਾਹੂ ਹੋ ਗਿਆ ਹੁਣ ਥੱਲੇ ਉੱਕਣੀ ਪਿਆ ਇੱਕਣੀ ਨਿਕਲਦਾ ਸਿਰੇ ਜੀ ਇੱਕਣੀ ਕੱਢਦੇ ਆਏ ਸਿਰੇ ਜੀ ਹੈਂ ਔਖਾ ਤਾਂ ਹੀ ਹੈ ਇੱਕ ਵਾਰੀ ਔਖੀ ਕੱਟ ਕੇ ਫਿਰ ਆਰਾਮ ਵੀ ਹੈ ਨਹੀਂ ਦੇਖੀਏ ਵੀ ਕਿੱਥੇ ਪਾਣੀ ਨਿਕਲਦਾ ਔਖੀ ਕੱਟ ਕੇ ਦੇਖੀ ਡੱਡੂ ਬਜਾ ਲਈ ਕਿਤੇ ਪੜ੍ਹ ਦਮਾ ਹਾਲੇ ਨੂੰ ਚੱਲ ਛੋਟੀ ਲੈ ਕੇ ਚੱਲਣਾ ਪਾਂਡੂਏ ਪਿਆ ਖਾ ਜਾਂ ਮੈਂ ਤਾਂ ਸਾਬਾ ਪੂਰਾ ਥੱਲੇ ਹੈ ਨਾ ਇਹ ਥੱਲੇ ਛੱਡ ਰਹੇ ਮੇਰੇ ਪਾ ਦੂਜੀ ਕਹੀ ਕਿੱਥੇ ਆ ਦੂਜੀ ਤੇਰੀ ਉਹ ਪਈ ਪਿੱਛੇ ਹੈਂ ਉਹ ਪਈ ਆ ਪਿੱਛੇ ਦੇਖੋ ਖੱਡ ਕਿੱਥੇ ਨੂੰ ਪਈ ਨਹੀਂ ਕਿਹਾ ਹੈਂ ਆਦੇ ਖੱਡ ਕਿੱਥੇ ਨੂੰ ਬੰਦ ਕਰ ਬੰਦ ਕਰ ਬੰਦ ਫਿਰ ਹੁਣ ਇਹਨੂੰ ਪਾਣੀ ਨਿਕਲਣਾ
ਚਮਚੇ ਵਰਗੀ ਕਹੀ ਥਲੀ ਆ ਤਾਂ ਹੈ ਆ ਤਾਂ ਚਮਚੇ ਵਰਗੀ ਕਹੀ ਆ ਕੰਮ ਤੂੰ ਵੀ ਕਹੀ ਉਹ ਵੀ ਮੋਝੀ ਜਾਂਦੀ ਆ ਬੜੀ ਇਹ ਵਧੀਆ ਛੋਟੀ ਦੇਖ ਲਓ ਬਾਈ ਪੂਰੀ ਕਹੀ ਦੀ ਇਹ ਕਿੰਨੀ ਕੁ ਬਣਾਤੀ ਕਿ ਸਾਗ ਸਾਗ ਪੂਰੀ ਕੋਹਲੀ ਦੀ ਕਹੋਤੀ ਆਲੂ ਵਾਲੀ ਕਹੀ ਇਹ ਦੇਖ ਲਓ ਥੋੜੀ ਰਹੀ ਹੈ ਕੰਮ ਨਾਲ ਕਸੀ ਵੀ ਆ ਇਹ छोटी घुमा सौखा निकलती है फिर ਪਾਣੀ ਦਾ ਗਲਾਸ ਥੋੜੇ ਟਾਈਮ ਬਾਅਦ ਦੂਸਰੇ ਨੇ ਪੈਂਦੇ ਆ ਗਰਮੀ ਬਹੁਤ ਆ ਯਾਰ ਬਹੁਤ ਗਰਮੀ ਆ ਆ ਹਵਾ ਚੱਲ ਵੀ ਪਹਿਲਾਂ ਹਲੇ ਹਵਾ ਵੀ ਨਹੀਂ ਚੱਲਦੀ ਦੇਖ ਲੈ ਪਾਣੀ ਕੀ ਆ ਜ਼ਿਮੀਦਾਰ ਦਾ ਹੈ ਮੈਂ ਜ਼ਿਮੀਦਾਰ ਦਾ ਸਬਰ ਦੇਖ ਮਿਹਨਤ ਲੱਗੇ ਹੋਇਆ ਕਰਨ ਹੁਣ ਹੈ ਹਲੇ ਪੈਸੇ 6 ਮਹੀਨੇ 3 ਮਹੀਨੇ 4 ਮਹੀਨੇ ਤੱਕ ਦੇਖਣੇ ਆ ਉਹ ਵੀ ਪਤਾ ਨਹੀਂ ਕੀ ਬਣਨਾ ਸੱਲੇ ਦੇ ਲਾ ਕੇ ਉਹ ਵੀ ਪਤਾ ਨਹੀਂ ਕੀ ਬਣਨਾ ਕੋਈ ਮਹਾਰਾਜ ਨੂੰ ਪਤਾ ਵੀ ਕੀ ਬਣਨਾ ਹੈ ਕਿ ਨਹੀਂ ਕੁਝ ਨਹੀਂ ਦੇਖਿਆ ਫਸਲ ਦਾ ਮਿਹਨਤ ਤਾਂ ਪਹਿਲਾਂ ਵੀ ਆਪਣੇ ਧੰਨਾ ਪੱਕਣ ਹੀ ਕਰੀਏ ਸਾਰੇ ਕਰਦੇ ਆਪਾਂ ਕੀ ਕਰਦੇ ਆ ਗਾਹਾਂ ਇਹਦਾ ਮਹਾਰਾਜ ਦਾ ਹੱਥ ਮੈਂ ਕੋਈ ਆ ਕਈ ਵਧੀਆ ਰਹਿ ਗਿਆ ਕਈ ਵਿਚਾਰੇ ਰਗੜੇ ਗਏ ਕੰਮ ਨਹੀਂ ਨਾ ਹਲਾ ਹੈ ਗੱਲਬਾਤ ਕਿਸੇ ਗੁਣੀਆਂ ਜਾਂ ਚੱਕ ਲਾ ਕਿਹਦਾ ਫੋਨ ਆ ਇਹ ਕੰਪਨੀ ਵਾਲਿਆਂ ਦਾ ਯਾਰ देख ल घट जूगा यह लग गया अपना डेढ़ किलो लिफाफा लग गया डेढ़ लग गया हाँ डेढ़ किलो लिफाफा है इधर रखे आयो आज दड़ा रख उपर पहला बड़ा सारा खाई खाई पैनी यह चक रख उन्हें आह रोड रही ठीक है चल होगा हाँ मैं रखी जा मर
ਬਹੁਤ ਹਿੰਮਤ ਜੀ ਹੋ ਗਈ ਗੱਲ ਹੋ ਗਿਆ ਕੰਮ ਹੈ ਮੈਂ ਕੰਮ ਹਿੰਮਤ ਜੀ ਨਾਲ ਹੋ ਗਿਆ ਹਿੰਮਤ ਹੀ ਹੁੰਦਾ ਕੰਮ ਬਿਨਾਂ ਹਿੰਮਤ ਦੇ ਕਾਹਦੀ ਹੋਵੇ ਬੜਾ ਰੱਖਾ ਵੀ ਡੜਾ ਛੋਟਾ ਜਿਹਾ ਹਨੇਰੀ ਦੇ ਡਾ ਕੇ ਮਾਰਨਾ ਇਹ ਜਿਹੜਾ ਚਾਰ ਪੰਜ ਕਿਲੋ ਦਾ ਰੱਖ ਦੇਖੀ ਜਾਊਂਗਾ ਗਲੇ ਬਥੇਰੇ ਪਏ ਉਹਦੇ असली डाकर मिट्टी मासड़ की रीस कर लूंगा तू मासड़ है तो पक्का बहुत पक्का बहुत है उत्थे जमीन का फर्क है जी तुम कहना कदे तो गए पे हम इतने डाकर जमीन है उत्थे छोटी जमीन है जमीन तो अभी तीन किलों घूमे तीन घूमे पक्की गल है कहीं नहीं ना चाची साली मिट्टी का फर्क है बहुत